ਪੂਰਾ ਟੈਕਨੀਕ ਸਰਦਾਰ ਸਾਹਿਬ ਸਮਝਾਇਓ ਕਿ ਕਿਸ ਤਰੀਕੇ ਨਾਲ ਤੁਸੀਂ ਕਣਕ ਬੀਜੀ, ਬਾਕੀ ਥਾਵਾਂ ਤੇ ਕਣਕਾਂ ਖਰਾਬ ਹੋਈਆਂ, ਇਹ ਕਣਕ ਜਿਹੜੀ ਆ ਬਿਲਕੁਲ ਵਧੀਆ ਖੜੀ ਹੈ ਇਹ ਕਣਕ। ਅਸੀਂ 3 ਸਾਲ ਤੋਂ ਇੱਦਾਂ ਹੀ ਬੀਜ ਰਹੇ ਹਾਂ ਅਤੇ ਕਦੇ ਵੀ ਅਸੀਂ ਕਦੇ ਅੱਗ ਨਹੀਂ ਲਗਾਈ, ਕਦੇ ਕੁਛ ਨਹੀਂ ਲਗਾਇਆ, ਜਾਣੀ ਕਿ ਇਹਦੇ ਨਾਲ ਢੇਰ ਵੀ ਪੈ ਜਾਂਦਾ ਆ ਅਤੇ ਸਾਡੇ ਜਿਹੜੇ ਜਾਣੀ ਕਿ ਕੀੜੇ ਆ ਉਹ ਵੀ ਸਾਡੇ ਬੱਚੇ ਰਹਿੰਦੇ ਆ। ਇਹ ਹੈਗੀ ਵਿਰਲੀ ਵੀ ਆ, ਬਾਕੀ ਕਣਕ ਨੂੰ ਬੀਜ ਵੀ ਘੱਟ ਪਾਉਣਾ ਪੈਂਦਾ, ਬੀਜ ਘੱਟ ਪਾਈਦਾ 35-40 ਦੇ ਵਿੱਚ ਪਾ ਦੀਦਾ ਅਤੇ 40 ਕਿਲੋ ਕਿੱਲੇ ਦਾ। ਹਾਂਜੀ, ਅਤੇ ਫਿਰ ਵਿਰਲੀ ਨਾਲ ਫਿਰ ਡਿੱਗਦੀ ਵੀ ਨਹੀਂ ਹੈਗੀ ਅਤੇ ਝਾੜ ਵੀ ਵੱਧ ਨਿਕਲਦਾ। ਬਾਕੀ ਲੋਕਾਂ ਨਾਲੋਂ ਇਹ ਕਿੱਲੇ ਦਾ ਕਿੰਨਾ ਵੱਧ ਨਿਕਲਦੀ ਹੈ? ਜਦੋਂ ਆਪਣੇ ਪਿਛਲੀ ਵਾਰੀ ਕਣਕਾਂ ਬਹੁਤ ਖਰਾਬ ਹੋਈਆਂ ਸੀ ਲੋਕਾਂ ਦੀ, ਤੁਹਾਨੂੰ ਪਤਾ ਜਿੱਦਾਂ ਮੀਂਹ ਪੈ ਗਏ ਪਹਿਲਾਂ ਨਾ, ਉਦੋਂ ਮੇਰੇ ਹਿਸਾਬ ਨਾਲ 13-14 ਭਾਜੀ ਨਿਕਲ ਆਏ, 13-14 ਕੁਇੰਟਲ ਨਿਕਲਿਆ ਸੀ ਕਣਕਾਂ ਦਾ ਝੜ ਅਤੇ ਸਾਡਾ 18-19 ਆ ਗਿਆ ਖੇਤ ਦਾ ਝੜ। ਲੋਕ ਨਹੀਂ ਵੀ ਮੰਨਦੇ ਸੀ, ਕਈ ਮੇਰੇ ਕੋਲ ਪਰੂਫ ਪਿਆ ਜਿਹੜਾ ਆੜਤੀ ਸਲਿੱਪ ਦਿੰਦੇ ਲਿਖ ਕੇ, ਪਰੂਫ ਵੀ ਹੈਗਾ ਮੇਰੇ ਕੋਲ। ਜਦੋਂ ਪਿਛਲੇ ਦਾਣੇ ਵੀ ਕਮਜ਼ੋਰ ਹੋ ਗਏ ਸੀ ਲੋਕ ਕਣਕਾਂ ਦੇ, ਲੋਕਾਂ ਦੀਆਂ ਦੇ ਦਾਣੇ ਕਾਲੇ ਹੋ ਗਏ ਸੀਗੇ, ਮਰ ਗਏ ਸੀਗੇ ਅਤੇ ਦਾਣੇ ਵੀ ਇਹਦੇ ਮਤਲਬ ਵਧੀਆ ਸੀ, ਮੋਟੇ ਸੀ ਦਾਣੇ। ਔਰ ਇਹ ਸ਼ੁਰੂ 'ਚ ਲੱਗਿਆ ਡਰ ਕੇ ਭਾਈ ਵੱਖਰੇ ਤਰੀਕੇ ਨਾਲ ਐਵੇਂ ਰਿਸਕ ਨਾ ਲਈਏ? ਪਹਿਲੀ ਵਾਰੀ ਉਹ ਬੀਜੀ ਸੀ ਉਦੋਂ ਟਿੱਚਰਾਂ ਵੀ ਕਰਦੇ ਸੀ ਲੋਕ ਕਿ ਨਹੀਂ ਉੱਗਣੀ ਹੈਗੀ, ਘਾਹ ਉੱਗ ਜਾਣਾ ਜਾਂ ਇੱਦਾਂ ਹੋ ਜਾਣੀ ਆ, ਪਰ ਨਹੀਂ ਉਦੋਂ ਵੀ ਵਧੀਆ ਝਾੜਨੀ, ਉਦੋਂ 22 ਬੋਰੀਆਂ ਨਿਕਲੇ ਸੀ ਪਹਿਲੀ ਵਾਰੀ। ਰੂਟਾਵੇਟਰ ਮਾਰੋ ਪਹਿਲਾਂ, ਫਿਰ ਉਸ ਤੋਂ ਬਾਅਦ ਫਿਰ ਮਸ਼ੀਨਾਂ ਦਾ ਖਰਚਾ ਔਰ ਤੇਲ, ਇਹ ਖਰਚਾ ਵੀ ਬਚਦਾ? ਕਿੰਨਾ ਖਰਚਾ ਐਸਟੀਮੇਟ ਮੰਨ ਕੇ ਚੱਲਦੇ ਹੋ ਕਿ ਕਿੱਲੇ ਪਿੱਛੇ ਬਚ ਜਾਂਦਾ? 4-5 ਹਜ਼ਾਰ ਖਰਚਾ ਆਈ ਜਾਂਦਾ ਕਿ ਇੱਦਾਂ 4-5 ਹਜ਼ਾਰ ਦਾ ਖਰਚਾ ਆ ਜਾਂਦਾ। ਇਸ ਟੈਕਨੀਕ ਨੂੰ ਇਸ ਤਰੀਕੇ ਨਾਲ ਕਣਕ ਬੀਜ ਕੇ ਵੱਧ ਮੁਨਾਫਾ ਲੈ ਰਹੇ ਹੋ ਔਰ ਇਹਨੂੰ ਤੁਸੀਂ ਕਾਮਯਾਬ ਮੰਨਦੇ ਹੋ? ਹਾਂਜੀ, ਫਿਰ ਪ੍ਰੋਫਿਟ ਹੀ ਹੈ ਜਦੋਂ ਆਪਣੇ ਖੇਤ ਦੇ ਉੱਤੇ ਖਰਚਾ ਘੱਟ ਆਉਂਦਾ ਆ, ਕੋਈ ਬਹਾਈ ਦਾ ਖਰਚਾ ਨਹੀਂ ਹੈਗਾ। ਇਹ ਥੋੜ੍ਹੀ ਥੋੜ੍ਹੀ ਬਿਰਲੀ, ਇਸ ਇਹ ਰੀਜ਼ਨ ਮੰਨਦੇ ਹੋ ਤੁਸੀਂ ਨਾ ਡਿੱਗਣ ਦਾ, ਜਾਂ ਇਹਦਾ ਕੋਈ ਹੋਰ ਤੁਸੀਂ ਵੱਖ ਟੈਕਨੀਕ ਨਾਲ ਬੀਜੀ ਆ, ਕੋਈ ਤਣਾ ਜ਼ਿਆਦਾ ਮਜ਼ਬੂਤ ਹੋ ਜਾਂਦਾ? ਪਰਾਲੀ ਇਹ ਝੋਨੇ ਦੀ ਪਰਾਲੀ ਹੈ, ਇਹ ਤੁਸੀਂ ਐਂ ਚੂਰਾ ਬਣ ਗਿਆ ਥੱਲੇ ਮੁੱਢ ਨੇ ਨਾ, ਇੱਥੇ ਇਹ ਪਰਾਲੀ ਆ, ਇਹ ਝੋਨੇ ਦੀ ਪਰਾਲੀ ਆ ਔਰ ਇਸ ਤਰੀਕੇ ਦੇ ਨਾਲ ਇਹ ਪੂਰਾ ਇੱਕ ਨੈੱਟ ਟਾਈਪ, ਇੱਕ ਕਹਿ ਸਕਦੇ ਹਾਂ ਨਾ ਕਿ ਜਾਲ ਹੀ ਬਚਣ ਵਿੱਚ ਜਾਂਦਾ ਔਰ ਉਸ ਤੋਂ ਬਾਅਦ ਫਿਰ ਘਾਹ ਫੂਸ ਨਹੀਂ ਹੁੰਦਾ ਅੱਗੇ। ਹਾਂ ਹਾਂ, ਵਧੀਆ ਗਾਂ, ਅਸੀਂ ਵੀ ਦੇਖਾਂਗੇ ਟਰਾਈ ਕਰਕੇ, ਵੀ ਇਹਨਾਂ ਦਾ ਰਿਜ਼ਲਟ ਵਧੀਆ ਆਉਂਦਾ। ਇਹ ਸਾਡੇ ਤਾਂ ਡਿੱਗੀ ਆ ਕਣਕ ਜਿਹੜੀ ਉੱਦਾਂ ਬੀਜੀ ਸੀ ਅਸੀਂ, ਅਤੇ ਇਹ ਕਣਕ ਖੜੀ ਆ, ਨਾਲੇ ਫਿਰ ਅੱਗੇ ਤੋਂ ਦੇਖਾਂਗੇ, ਨਾਲੇ ਖਰਚਾ ਘੱਟ ਆ। 3 ਸਾਲ ਹੋ ਗਏ ਇਹਨਾਂ ਨੂੰ ਲਾਉਂਦਿਆਂ ਨੂੰ, ਇਹਨਾਂ ਦਾ 3 ਸਾਲ ਹੀ ਸਾਤੋਂ ਹਮੇਸ਼ਾ ਰਿਜ਼ਲਟ ਵਧੀਆ ਰਿਹਾ, ਖਰਚਾ ਘੱਟ ਆਉਂਦਾ ਇਹਨਾਂ ਦਾ, ਸਾਡਾ ਖਰਚਾ ਵੱਧ ਜਾਂਦਾ। ਪਿਛਲੇ ਦਿਨਾਂ 'ਚ ਮੀਂਹ ਅਤੇ ਝੱਖੜ ਨੇ ਪੰਜਾਬ ਦੇ ਵਿੱਚ ਕਣਕ ਦੀ ਫਸਲ ਤਬਾਹ ਕਰਕੇ ਰੱਖ ਦਿੱਤੀ, ਪਰ ਕੁਝ ਕਿਸਾਨ ਇਹੋ ਜਿਹੇ ਜਿਨ੍ਹਾਂ ਨੇ ਕਣਕ ਵੱਖਰੇ ਢੰਗ ਦੇ ਨਾਲ ਬੀਜੀ, ਵੱਖਰੀ ਤਕਨੀਕ ਦੇ ਨਾਲ ਬੀਜੀ, ਉਹ ਕਣਕ ਕਹਿੰਦੇ ਜ਼ਿਆਦਾ ਬੀਜ ਵੀ ਨਹੀਂ ਬੀਜਣਾ ਪੈਂਦਾ, ਬੀਜ ਵੀ ਘੱਟ ਪੈਂਦਾ ਔਰ ਕਣਕਾਂ ਖੜੀਆਂ ਨੇ, ਕਣਕਾਂ ਨੂੰ ਨੁਕਸਾਨ ਨਹੀਂ ਹੋਇਆ ਔਰ ਬਾਕੀ ਕਣਕਾਂ ਨਾਲੋਂ ਇਹਨਾਂ ਕਣਕਾਂ ਦਾ ਝਾੜ ਵੀ ਜ਼ਿਆਦਾ ਨਿਕਲਦਾ। ਕਿਸ ਤਕਨੀਕ ਦੇ ਨਾਲ ਇਹ ਕਣਕ ਬੀਜੀ ਜਾਂਦੀ ਹੈ, ਬਿਲਕੁਲ ਵੱਖਰੀ ਟਕਨੀਕ ਆ, ਗੱਲਬਾਤ ਕਰਦੇ ਹਾਂ ਸਰਬਜੀਤ ਬਿੱਟਾ ਸਾਹਿਬ ਸਾਡੇ ਨਾਲ ਨੇ, ਕਿਸਾਨ ਨੇ, ਜਲੰਧਰ ਦੇ ਨੇੜੇ ਨੁੱਸੀ ਪਿੰਡ 'ਚ ਅਸੀਂ ਗੱਲਬਾਤ ਕਰਦੇ ਹਾਂ। ਇਹ ਪੂਰਾ ਟੈਕਨੀਕ ਸਰਦਾਰ ਸਾਹਿਬ ਸਮਝਾਇਓ ਕਿ ਕਿਸ ਤਰੀਕੇ ਨਾਲ ਤੁਸੀਂ ਕਣਕ ਬੀਜੀ, ਬਾਕੀ ਥਾਵਾਂ 'ਤੇ ਕਣਕਾਂ ਖਰਾਬ ਹੋਈਆਂ, ਇਹ ਕਣਕ ਜਿਹੜੀ ਆ ਬਿਲਕੁਲ ਵਧੀਆ ਖੜੀ ਹੈ ਇਹ ਕਣਕ? ਜਦੋਂ ਜੀ ਕੰਪੈਨ ਨਾਲ ਕਟਾਈ ਕਰ ਲਈ, ਹਾਂਜੀ ਝੋਨਾ ਕਟਾਈ ਕਰ ਲਿਆ, ਅਤੇ ਫਿਰ ਉਹਦੇ ਤੋਂ ਬਾਅਦ ਕੀ ਅਸੀਂ ਕਰਦੇ ਹਾਂ ਕਿ ਡਾਇਆ ਦਾ ਛਿੱਟਾ ਦੇ ਦਿੰਦੇ ਹਾਂ ਅਤੇ ਕਣਕ ਦਾ ਛਿੱਟਾ ਦੇ ਦਿੰਦੇ ਹਾਂ, ਜਿੱਦਾਂ ਕਿ 25-30 ਕਿਲੋ ਇੱਦਾਂ ਇਹਦੇ ਵਿੱਚ ਵਿੱਚ ਹੀ ਪਾਉਂਦੇ ਹਾਂ। ਪਰਾਲੀ ਦੇ ਉੱਪਰ ਹੀ ਜਾਂ ਕਿਵੇਂ? ਉੱਪਰ ਦੇ ਉਹਦੇ ਛਿੱਟਾ ਦੇ ਕੇ ਨਾ ਫਿਰ ਉੱਤੋਂ ਦੀ ਮੋਚਰ ਚਲਾਉਂਦੇ ਹਾਂ, ਬਾਅਦ ਦੇ ਵਿੱਚ ਮੋਚਰ ਚਲਾਉਣ ਤੋਂ ਬਾਅਦ ਫਿਰ ਜਾਣੀ ਕਿ ਉਹਨੂੰ ਅਸੀਂ ਪਾਣੀ ਦੇ ਦਿੰਦੇ ਹਾਂ, ਪਾਣੀ ਨਾਲ ਜਿਹੜੀ ਪਰਾਲੀ ਆ ਥੱਲੇ ਬਹਿ ਜਾਂਦੀ ਆ, ਅਤੇ ਫਿਰ ਜਾਣੀ ਕਿ ਜਿੱਦਾਂ ਕਣਕ ਆ ਹੌਲੀ ਹੌਲੀ ਕੁਛ ਸਮਾਂ ਪੈ ਕੇ 8 ਦਿਨਾਂ ਦੇ ਵਿੱਚ ਵਿੱਚ ਅਤੇ ਕਣਕ ਹਰਿਆਈ ਮਾਰਨ ਲੱਗ ਪੈਂਦੀ ਆ, ਅਤੇ ਮੁੜ ਕੇ ਫਿਰ ਜਿਹੜੀ ਕਣਕ ਦੀ ਇਹਦੀ ਜਿੱਦਾਂ ਪਰਾਲੀ ਆ, ਪਰਾਲੀ ਥੱਲੇ ਬਹਿ ਜਾਂਦੀ ਆ, ਦੇਖੋ ਥੱਲੇ ਪਰਾਲੀ ਬਿਲਕੁਲ ਬਹਿ ਗਈ, ਇਹਦਾ ਢੇਰ ਬਹਿ ਜਾਣਾ ਆ ਅਤੇ ਕੋਈ ਇਹਨੇ ਉੱਤੇ ਨਹੀਂ ਆਉਣਾ ਹੈਗਾ, ਪਰਾਲੀ ਸਾੜਨ ਦੀ ਵੀ ਲੋੜ ਨਹੀਂ ਪੈਂਦੀ, ਪਰਾਲੀ ਸਾੜਨ ਦੀ ਲੋੜ ਨਹੀਂ ਪੈਂਦੀ ਬਿਲਕੁਲ। ਜਾਣੀ ਕਿ ਅਸੀਂ 3 ਸਾਲ ਤੋਂ ਇੱਦਾਂ ਹੀ ਬੀਜ ਰਹੇ ਹਾਂ ਅਤੇ ਕਦੇ ਵੀ ਅਸੀਂ ਕਦੇ ਅੱਗ ਨਹੀਂ ਲਗਾਈ, ਕਦੇ ਕੁਛ ਨਹੀਂ ਲਗਾਇਆ, ਜਾਣੀ ਕਿ ਇਹਦੇ ਨਾਲ ਢੇਰ ਵੀ ਪੈ ਜਾਂਦਾ ਆ ਅਤੇ ਸਾਡੇ ਜਿਹੜੇ ਜਾਣੀ ਕਿ ਕੀੜੇ ਆ ਉਹ ਵੀ ਸਾਡੇ ਬੱਚੇ ਰਹਿੰਦੇ ਆ, ਜਿਹੜੇ ਸਾਡੇ ਕਿਸਾਨਾਂ ਦੀ ਮਦਦ ਕਰਦੇ ਆ, ਫਸਲ ਦੀ ਮਦਦ ਕਰਦੇ ਆ ਕੀੜੇ, ਜਿਹੜੇ ਸਾਨੂੰ ਜਾਣੀ ਕਿ ਹੋਰਾਂ ਬਿਮਾਰੀਆਂ ਤੋਂ ਬਚਾਉਂਦੇ ਆ, ਉਹ ਕੀੜੇ ਵੀ ਜਾਣੀ ਕਿ ਕਾਇਮ ਰਹਿੰਦੇ ਆ, ਅਤੇ ਜਿੱਦਾਂ ਅੱਗ ਲਾਉਣ ਨਾਲ ਉਹ ਸਾਰੇ ਜਾਣੀ ਕਿ ਜਿਹੜੇ ਮਿੱਤਰ ਕੀੜੇ ਹੁੰਦੇ ਸਾਰੇ ਮਰ ਜਾਂਦੇ ਆ,
ਤੇ ਇੱਥੋਂ ਹੀ ਅਸੀਂ ਜਾਣੀ ਕਿ ਆਪਣੇ ਸਿੱਖਿਆ ਲੈ ਕੇ ਅਤੇ ਜਾਣੀ ਕਿ ਇੱਦਾਂ ਕਣਕ ਦੀ ਤਕਨੀਕ ਅਪਣਾਈ ਆ। 3 ਸਾਲ ਤੋਂ ਇਹ ਕਰ ਰਹੇ ਹਾਂ। ਜਿੱਦਾਂ ਕਿ ਸਾਡੇ ਏਰੀਆ ਦੇ ਵਿੱਚ ਰੇਤਲੀ ਆ ਜ਼ਮੀਨਾਂ ਆ, ਇਹਦੇ ਵਿੱਚ ਜਾਣੀ ਕਿ ਜਿਹੜਾ ਆਪਣੇ ਝਾੜ ਆ 16-17-20 ਦਾ ਤੱਕ ਆਉਂਦਾ ਆ, ਅਤੇ ਜਾਣੀ ਕਿ ਇਹ ਜਿਹੜੀ ਇਸ ਤਕਨੀਕ ਨਾਲ ਅਸੀਂ ਬੀਜਦੇ ਹਾਂ ਅਤੇ ਇਹਦੇ ਵਿੱਚ 24-25 ਕਿੱਲੇ ਦੀ ਔਸਤ ਆ ਜਾਂਦੀ ਆ ਦੂਜੀਆਂ ਕਣਕਾਂ ਨੂੰ, ਅਤੇ ਨਾਲੇ ਇਹਦੇ ਉੱਤੇ ਖਰਚਾ ਵੀ ਬਹੁਤ ਘੱਟ ਆਉਂਦਾ ਆ, ਅਤੇ ਜਿੱਦਾਂ ਪਾਣੀ ਆ ਪਾਣੀ ਵੀ ਘੱਟ ਲੱਗਦਾ ਇਹਨੂੰ, ਅਤੇ ਇਹਦੇ ਨਾਲ ਜਾਣੀ ਕਿ ਵੀ ਆਪਣਾ ਹੋਰ ਜਾਣੀ ਕਿ ਜਿਹੜੀ ਜ਼ਮੀਨ ਆ ਅਗਲੀ ਵਾਰ ਨੂੰ ਵੀ ਉਦੋਂ ਵੀ ਜਾਣੀ ਕਿ ਉਹਦੀ ਜਿਹੜੀ ਖਿਚਾਈ ਹੁੰਦੀ ਆ ਉਹਦੇ ਬਾਵਜੂਦ ਜਿਹੜਾ ਢੇਰ ਆ ਵਿੱਚ ਪਰਾਲੀ ਦਾ ਉਹ ਬਣ ਜਾਂਦਾ ਆ, ਅਤੇ ਅਗਲੀ ਵਾਰ ਆਪਾਂ ਨੂੰ ਢੇਰ ਪਾਉਣ ਦੀ ਵੀ ਕੋਈ ਲੋੜ ਨਹੀਂ ਹੈਗੀ ਜਦੋਂ ਆਪਾਂ ਫਿਰ ਦੁਬਾਰਾ ਬੀਜਣੀ ਆ ਨਾ ਫਸਲ, ਅਤੇ ਉਹਦੇ ਲਈ ਉਹ ਝੋਨੇ ਲਈ ਬਸ ਉਹ ਇਹਦੇ ਵੱਢਣਾ ਇੱਦਾਂ ਹੀ ਇਹਨੂੰ ਤਿਆਰ ਕਰਕੇ ਅਤੇ ਅੱਗੇ ਫਿਰ ਝੋਨੇ ਲਈ ਲੈ ਲੈਣਾ ਇਹਨੂੰ ਖੱਤੇ ਨੂੰ। ਹਾਂਜੀ ਹਾਂਜੀ ਹਾਂਜੀ। ਨੌਜਵਾਨ ਮੁੰਡੇ ਵੀ ਆ, ਇਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਇਹਨਾਂ ਨੇ ਕਿਵੇਂ ਢੰਗ ਨੂੰ ਅਪਣਾਇਆ। ਭਾਅ ਜੀ ਵੱਖਰੇ ਪੂਰੇ ਤਰੀਕੇ ਦੇ ਨਾਲ ਤੁਸੀਂ ਖੇਤੀ ਕਰਦੇ ਹੋ, ਮੈਂ ਚਾਹੁੰਦਾ ਇੱਕ ਵਾਰ ਤੁਸੀਂ ਵੀ ਐਕਸਪਲੇਨ ਪੂਰਾ ਇਹਨੂੰ ਕਰ ਦਿਓ ਕਿਸ ਤਰੀਕੇ ਦੇ ਨਾਲ ਨਾ ਜਿਸ ਤਰੀਕੇ ਨਾਲ ਤੁਸੀਂ ਵੱਖਰੇ ਢੰਗ ਦੇ ਨਾਲ ਕਣਕ ਬੀਜਦੇ ਹੋ, ਪੂਰਾ ਇੱਕ ਵਾਰ ਐਕਸਪਲੇਨ ਤੁਸੀਂ ਵੀ ਕਰੋ। ਆਪਣੇ ਜਦੋਂ ਆਪਾਂ ਝੋਨਾ ਵੱਢ ਲੈਂਦੇ ਨਾ ਉਹ SMS ਨਾਲ ਕੰਪੈਨ ਨਾਲ ਨਾ, ਅਤੇ ਉਹ ਪਰਾਲੀ ਨੂੰ ਬਰੀਕ ਰੱਖਦੀ SMS, ਅਤੇ ਉਸ ਤੋਂ ਬਾਅਦ 10-15 ਦਿਨਾਂ ਬਾਅਦ ਅਤੇ ਕਣਕ ਬੀਜ ਲਈ ਦੀ ਆਪਾਂ ਛਿੱਟਾ। ਪਰਾਲੀ ਜਿਹੜੀ ਆ ਉਹ ਫਿਰ ਅੱਗ ਲਾਉਣ ਦੇ ਹੁੰਦੇ ਆ ਨਾ, ਅੱਗ ਲੱਗਦੀ ਨਹੀਂ ਪਰਾਲੀ ਮੁੱਢ ਹੁੰਦੇ ਖੜ੍ਹੇ, ਅਤੇ ਫਿਰ ਇੱਦਾਂ ਹੀ ਛਿੱਟਾ ਦੇ ਕੇ ਉੱਤੇ ਮਲਚਰ ਫੇਰ ਦੀ ਦਾ ਉਹਨਾਂ, ਫਿਰ ਪਰਾਲੀ ਬਰੀਕ ਹੋ ਜਾਂਦੀ ਆ ਉਹ ਕਵਰ ਕਰ ਦਿੰਦਾ ਕਣਕ ਨੂੰ ਸਾਰੇ ਪਾਸੇ ਖੇਤ 'ਚ ਨਾ, ਅਤੇ ਫਿਰ ਜਦੋਂ ਮਤਲਬ ਸਾਰੇ ਖੇਤ ਇੱਦਾਂ ਛਿੱਟਾ ਦੇ ਕੇ ਮਲਚਰ ਕਰ ਦੀ ਦਾ ਅਤੇ ਫਿਰ ਪਾਣੀ ਦੇ ਦਈਦਾ ਦੂਏ ਦਿਨ, ਜਿੱਦਾਂ ਆਪਾਂ ਰੌਣੀ ਕਰੀ ਦੀ ਜਿੱਦਾਂ ਪਾਣੀ ਦੇ ਕੇ ਅਤੇ ਫਿਰ ਮੁੜ ਕੇ ਜਦੋਂ ਜਦੋਂ ਸੁੱਕੀ ਜਾਂਦਾ ਖੇਤ। ਮਤਲਬ ਰੂਟਾਵੇਟਰ ਟਾਈਪ ਜਾਂ ਕਿੱਦਾਂ ਇੱਕ ਵਾਰ ਬਰੀਫ ਕਰ ਦਿਓ, ਕਿਉਂਕਿ ਬਹੁਤ ਸਾਰੇ ਲੋਕ ਰੂਟਾਵੇਟਰ ਹੈਗਾ ਉਹ ਮਿੱਟੀ ਨੂੰ ਪੱਟਦਾ ਥੱਲੇ, ਉਹ ਮਲਚਰ ਨੇ ਸਰ ਬੜੇ ਪਰਾਲੀ ਦੇ ਮੋਢੇ ਆ ਉਹਨਾਂ ਨੂੰ ਬਰੀਕ ਕਰਕੇ ਮਤਲਬ ਸਾਰੇ ਪਾਸੇ ਕਵਰ ਕਰ ਦਿੰਦਾ ਉਹ, ਅਤੇ ਉਹਦੇ ਨਾਲ ਫਿਰ ਪਾਣੀ ਦਿੰਦੇ ਜਦੋਂ ਆਪਾਂ ਤਾਂ ਦਿਨਾਂ ਬਾਅਦ ਕਣਕ ਆ ਜਾਂਦੀ ਬਾਹਰ, ਅਤੇ ਨਾ ਗੁੱਲੀ ਗੇ ਡੰਡਾ ਨਹੀਂ ਹੁੰਦਾ ਬਾਹਲਾ, ਵਿੱਚ ਘਾਹ ਵੀ ਨਹੀਂ ਹੁੰਦਾ, ਅਤੇ ਜਿਹੜੀਆਂ ਆਪਾਂ ਨੋਰਮਲ ਸਪਰੇਅ ਕਰਦੇ ਹਾਂ ਉਹ ਕਰੀਦੀਆਂ ਇੱਕ ਦੋ, ਅਤੇ ਬਾਅਦ ਵਿੱਚ ਝਾੜ ਵੀ ਵੱਧ ਨਿਕਲਦਾ ਬਾਕੀ ਕਣਕ ਨਾਲੋਂ, ਅਤੇ ਨਾ ਆਪਣਾ ਕੋਈ ਬਹਾਈ 'ਤੇ ਖਰਚਾ ਆਇਆ ਨਾ ਕੋਈ ਤੇਲ ਦਾ ਖਰਚਾ, ਅਤੇ ਬਾਅਦ 'ਚ ਤੂੜੀ ਵਧੀਆ ਨਿਕਲਦੀ ਆ। ਹਾਂਜੀ ਕੀ ਨਾਲ ਜਿਸ ਤਰੀਕੇ ਦੇ ਨਾਲ ਤੁਸੀਂ ਕਹਿ ਰਹੇ ਹੋ ਕਿ ਇਹ ਹੈਗੀ ਵਿਰਲੀ ਵੀ ਆ, ਬਾਕੀ ਕਣਕ ਨੂੰ ਬੀਜ ਵੀ ਘੱਟ ਪਾਉਣਾ ਪੈਂਦਾ, ਬੀਜ ਆਪ ਘੱਟ ਪਾਈਦਾ 35-40 ਦੇ ਵਿੱਚ ਪਾ ਦੀਦਾ, ਅਤੇ 40 ਕਿਲੋ ਕਿੱਲੇ ਦਾ। ਹਾਂਜੀ, ਅਤੇ ਫਿਰ ਵਿਰਲੀ ਨਾਲ ਫਿਰ ਡਿੱਗਦੀ ਵੀ ਨਹੀਂ ਹੈਗੀ ਅਤੇ ਝਾੜ ਵੀ ਵੱਧ ਨਿਕਲਦਾ। ਕਿੰਨਾ ਝਾੜ ਵੱਧ ਕੱਢਦੇ ਹੋ ਤੁਸੀਂ ਇਸ ਕਣਕ ਦਾ ਬਾਕੀ ਲੋਕਾਂ ਨਾਲੋਂ, ਇਹ ਕਿੱਲੇ ਦਾ ਕਿੰਨਾ ਵੱਧ ਨਿਕਲਦੀ ਆ? ਜਦੋਂ ਆਪਣੇ ਪਿਛਲੀ ਵਾਰੀ ਕਣਕਾਂ ਬਹੁਤ ਖਰਾਬ ਹੋਈਆਂ ਸੀ ਲੋਕਾਂ ਦੀ, ਤੁਹਾਨੂੰ ਪਤਾ ਜਿੱਦਾਂ ਮੀਂਹ ਪੈ ਗਏ ਪਹਿਲਾਂ ਨਾ, ਉਦੋਂ ਮੇਰੇ ਹਿਸਾਬ ਨਾਲ 13-14 ਭਾਜੀ ਨਿਕਲ ਆਏ, 13-14 ਕੁਇੰਟਲ ਨਿਕਲਿਆ ਸੀ ਕਣਕਾਂ ਝੜ, ਅਤੇ ਸਾਡਾ 18-19 ਆ ਗਿਆ ਖੇਤ ਦਾ ਝੜ। ਬਾਕੀ ਲੋਕਾਂ ਦੇ ਤਾਂ ਨਿਕਲੀ 13-14 ਕੁਇੰਟਲ, ਤੁਹਾਡੇ 18-19 ਕੁਇੰਟਲ ਕਿੱਲੇ ਦੀ? ਹਾਂ ਨਿਕਲੀ ਆ। ਲੋਕੀ ਨਹੀਂ ਵੀ ਮੰਨਦੇ ਸੀ ਕਈ, ਮੇਰੇ ਕੋਲ ਪਰੂਫ ਪਿਆ ਜਿਹੜਾ ਆੜਤੀ ਸਲਿੱਪ ਦਿੰਦੇ ਲੈ ਕੇ, ਪਰੂਫ ਵੀ ਹੈਗਾ ਮੇਰੇ ਕੋਲ, ਅਤੇ ਨਿਕਲਿਆ ਇੰਨੇ ਬੁਰੇ ਨਿਕਲੇ ਆਏ ਸੀਗੇ ਉਦੋਂ ਵੀ, ਅਤੇ ਹੁਣ ਦੇਖੋ ਐਤਕੀ ਕੀ ਰਿਜ਼ਲਟ ਨਿਕਲਦਾ। ਇਹ ਬਾਕੀਆਂ ਨਾਲੋਂ ਫਿਰ ਵੀ ਚੰਗੀ ਆ ਕਣਕ? ਚੰਗੀ ਆ, ਖੜੀ ਆ, ਡਿੱਗੀ ਨਹੀਂ ਹੈਗੀ, ਮਤਲਬ ਉੱਦਾਂ ਜਦੋਂ ਮਾੜੀ ਮੋਟੀ ਡਿੱਗਦੀ ਦਰੱਖਤਾਂ ਥੱਲੇ ਉਹਦਾ ਡਿੱਗੀ ਆ ਮਾੜੀ ਮੋਟੀ, ਪਰ ਉੱਦਾਂ ਸਾਰੀ ਖੜੀ ਆ ਕਣਕ। ਤੁਸੀਂ ਦੇਖ ਰਹੇ ਹੋ ਕਿ ਦਾਣਾ ਵੀ ਬਾਕੀ ਥਾਵਾਂ 'ਤੇ ਜਿਵੇਂ ਖਰਾਬ ਹੋਇਆ, ਦਾਣੇ ਵੀ ਖਰਾਬ ਨਹੀਂ ਹੋਏ? ਹਾਂ, ਜਦੋਂ ਪਿਛਲੇ ਦਾਣੇ ਵੀ ਕਮਜ਼ੋਰ ਹੋ ਗਏ ਸੀ ਲੋਕ ਕਣਕਾਂ ਦੇ ਲੋਕਾਂ ਦੀਆਂ ਦੇ, ਦਾਣੇ ਕਾਲੇ ਹੋ ਗਏ ਸੀਗੇ, ਮਰ ਗਏ ਸੀਗੇ, ਅਤੇ ਦਾਣੇ ਵੀ ਇਹਦੇ ਮਤਲਬ ਵਧੀਆ ਸੀ, ਮੋਟੇ ਸੀ ਦਾਣੇ, ਸ਼ਾਈਨ ਵਧੀਆ ਸੀ, ਸਾਫ਼ ਸੁਥਰੇ। ਹਾਂਜੀ ਠੀਕ ਹੈ। ਇਹ ਪਰਾਲੀ ਜਿਹੜੀ ਹੈ ਵਿੱਚ ਪਈ ਹੈ, ਇਹ ਮੈਂ ਜ਼ਰੂਰ ਜਾਣਨਾ ਚਾਹੁੰਦਾ। ਦੇਖੋ ਤੁਸੀਂ ਕਿ ਬਲਜਿੰਦਰ ਜੀ ਇੱਕ ਵਾਰ ਜੇ ਤੁਸੀਂ ਅੱਗੇ ਆ ਕੇ ਦਿਖਾ ਸਕੋ ਤਾਂ ਇਹ, ਕਿਉਂਕਿ ਆ ਜਿਹੜਾ ਆ ਪਰਾਲੀ ਇਹ ਝੋਨੇ ਦੀ ਪਰਾਲੀ ਹੈ, ਇਹ ਤੁਸੀਂ ਐਂ ਚੂਰਾ ਬਣ ਗਿਆ। ਇੱਕ ਵਾਰ ਬਲਜਿੰਦਰ ਆ ਦਿਖਾ ਵੀ ਦਿਓ, ਥੋੜ੍ਹਾ ਜਿਹਾ ਤੁਸੀਂ ਕਲੋਜ਼ ਕਰਕੇ ਦਿਖਾ ਸਕੋ ਤਾਂ, ਕਿਉਂਕਿ ਇਸ ਤਰੀਕੇ ਨਾਲ ਇੱਕ ਵਾਰ ਥੋੜ੍ਹਾ ਜਿਹਾ ਦੇਖਿਓ, ਜਿੱਥੇ ਆ ਥੱਲੇ ਮੁੱਢ ਨੇ ਨਾ ਇੱਥੇ ਇਹ ਪਰਾਲੀ ਆ, ਇਹ ਝੋਨੇ ਦੀ ਪਰਾਲੀ ਆ, ਔਰ ਇਸ ਤਰੀਕੇ ਦੇ ਨਾਲ ਹੀ ਪੂਰਾ ਇੱਕ ਨੈੱਟ ਟਾਈਪ ਇੱਕ ਕਹਿ ਸਕਦੇ ਹਾਂ ਨਾ ਕਿ ਜਾਲ ਹੀ ਬਚਣ ਵਿੱਚ ਜਾਂਦਾ, ਔਰ ਉਸ ਤੋਂ ਬਾਅਦ ਫਿਰ ਘਾਹ ਫੂਸ ਨਹੀਂ ਹੁੰਦਾ ਅੱਗੇ, ਘਾਹ ਤਾਂ ਬਿਲਕੁਲ ਨਹੀਂ ਹੁੰਦਾ ਭਾਜੀ। ਔਰ ਇਹ ਸ਼ੁਰੂ 'ਚ ਲੱਗਿਆ ਡਰ ਕੇ ਭਾਈ ਵੱਖਰੇ ਤਰੀਕੇ ਨਾਲ ਐਵੇਂ ਰਿਸਕ ਨਾ ਲਈ? ਪਹਿਲੇ ਸਾਲ ਬੀਜੀ ਸੀਗੀ ਨਾ ਫਸਟ ਟਾਈਮ, ਉਦੋਂ ਸਾਡੇ ਤਾਇਆ ਜੀ ਸੀਗੇ ਹਰਜੀਤ ਸਿੰਘ, ਉਹਨਾਂ ਨੇ ਬੀਜੀ ਸੀਗੀ, ਸਟਾਰਟ ਕੀਤੀ ਸੀਗੀ ਉਦੋਂ। ਅਸੀਂ ਇੱਧਰ ਆਪਣੇ ਢਿਲਮਾ ਤੋਂ ਅੱਗੇ ਪਿੰਡ ਸੀਗਾ ਪਤਾ ਨਹੀਂ ਕਿਹੜਾ, ਉੱਥੋਂ ਦੇਖ ਕੇ ਆਏ ਸੀਗੇ, ਅਤੇ ਉਦੋਂ ਪਹਿਲੀ ਵਾਰ ਜਦੋਂ ਬੀਜੀ ਸੀ ਉਦੋਂ ਟਿੱਚਰਾਂ ਵੀ ਕਰਦੇ ਸੀ ਲੋਕ ਕਿ ਨਹੀਂ ਉੱਗਣੀ ਹੈਗੀ, ਘਾਹ ਉੱਗ ਜਾਣਾ ਜਾਂ ਇੱਦਾਂ ਹੋ ਜਾਣੀ ਆ, ਪਰ ਨਹੀਂ ਉਦੋਂ ਵੀ ਵਧੀਆ ਝਾੜਨੀ। ਉਦੋਂ 22 ਬੋਰੀਆਂ ਨਿਕਲੇ ਸੀ ਪਹਿਲੀ ਵਾਰੀ ਖੇਤ ਦੀਆਂ, ਅਤੇ ਪਿਛਲੀ ਵਾਰੀ 18 ਆਈਆਂ ਸੀਗੀਆਂ, ਅਤੇ ਐਤਕੀ ਦੇਖੋ ਹੁਣ ਕੀ ਰਿਜ਼ਲਟ ਆਉਂਦਾ। ਹਾਂਜੀ, ਸਪਰੇਹਾਂ ਵੀ ਘੱਟ ਕਰਦੇ ਤੁਸੀਂ? ਸਪਰੇਹਾਂ ਵੀ ਘੱਟ ਕਰਦੇ, ਜਿਹੜੀ ਨੋਰਮਲ ਆਪਾਂ ਕਰੀ ਦੀਆਂ ਗੁਲ ਡੰਡੇ ਦੀ ਜਾਂ ਹੋਰ ਦਾਣੇ ਸਾਫ਼ ਦੀ ਉਹ ਕੀਤੀਆਂ 2-3। ਹਾਂਜੀ, ਬਸ ਇੰਨੀ ਕੀਤੀ ਸਪਰੇ। ਔਰ ਫਿਰ ਇਹਦੇ ਵਾਸਤੇ ਜਿਵੇਂ ਕਿ ਕੋਈ
ਬਾਕੀ ਥਾਵਾਂ ਤੇ ਅਸੀਂ ਦੇਖਦੇ ਹਾਂ ਕਿ ਕੋਈ ਰੂਟਾਵੇਟਰ ਮਾਰੋ ਪਹਿਲਾਂ, ਫਿਰ ਉਸ ਤੋਂ ਬਾਅਦ ਫਿਰ ਮਸ਼ੀਨਾਂ ਦਾ ਖਰਚਾ ਔਰ ਤੇਲ, ਇਹ ਖਰਚਾ ਵੀ ਬਚਦਾ? ਕਿੰਨਾ ਖਰਚਾ ਐਸਟੀਮੇਟ ਮੰਨ ਕੇ ਚੱਲਦੇ ਹੋ ਕਿ ਕਿੱਲੇ ਪਿੱਛੇ ਬਚ ਜਾਂਦਾ? 4-5 ਹਜ਼ਾਰ ਖਰਚਾ ਆਈ ਜਾਂਦਾ ਖੇਤ ਦਾ, 4-5 ਹਜ਼ਾਰ ਦਾ ਖਰਚਾ ਆ ਜਾਂਦਾ ਖੇਤ ਦਾ, ਖਰਚਾ ਖੇਤ ਦਾ ਆ, ਹਾਂਜੀ 1,000 ਰੁਪਏ ਦਾ ਖੇਤ ਦਾ ਖਰਚਾ ਆ। ਇੱਕ ਵਾਰੀ ਮਲਚਰ ਮਾਰਨਾ ਬਸ, ਹੋਰ ਕੁਛ ਨੀ ਕਰਨਾ ਇਹਨੂੰ, ਤੇ ਪਾਣੀ ਦੇਣਾ ਆ ਬਾਕੀ। ਇਹ ਤਾਂ ਖੇਤ ਦਾ ਖਰਚਾ ਜ਼ਿਆਦਾ ਆਉਂਦਾ, ਜਾ ਕੇ ਬਾਬਾ ਹੀ ਕਰਦੇ ਆ ਫਿਰ ਖਰਚਾ, 4-5 ਹਜ਼ਾਰ ਦੇ ਵਿੱਚ ਖਰਚਾ ਆਉਂਦਾ ਖੇਤ ਦਾ। ਹਾਂਜੀ, ਜੇ ਇੱਦਾਂ ਇਕੱਲਾ ਆਪਾਂ ਇੱਦਾਂ ਬੀਜਦੇ ਹਾਂ ਤੇ ਮਲਚਰ ਦੇ ਖਰਚਾ ਆਉਂਦਾ ਇਕੱਲਾ 1,000 ਰੁਪਇਆ ਖੇਤ ਦਾ। ਤੁਸੀਂ ਇਸ ਟੈਕਨੀਕ ਨੂੰ ਇਸ ਤਰੀਕੇ ਨਾਲ ਕਣਕ ਬੀਜ ਕੇ ਵੱਧ ਮੁਨਾਫ਼ਾ ਲੈ ਰਹੇ ਹੋ ਔਰ ਇਹਨੂੰ ਤੁਸੀਂ ਕਾਮਯਾਬ ਮੰਨਦੇ ਹੋ? ਹਾਂਜੀ, ਫਿਰ ਪ੍ਰੋਫਿਟ ਹੀ ਹੈ ਜਦੋਂ ਆਪਣੇ ਖੇਤ ਦੇ ਉੱਤੇ ਖਰਚਾ ਘੱਟ ਆਉਂਦਾ ਆ ਤੇ ਕੋਈ ਬਹਾਈ ਦਾ ਖਰਚਾ ਨਹੀਂ ਹੈਗਾ। ਦੇਖ ਰੇਖ ਕਹਿੰਦੇ ਵੱਧ ਕਰਨੀ ਪੈਂਦੀ ਹੈ? ਦੇਖ ਰੇਖ ਥੋੜ੍ਹੇ ਦਿਨ ਪਹਿਲਾਂ ਕਰਨੀ ਪੈਂਦੀ ਹੈ, ਮਹੀਨਾ ਕੁ ਬਾਅਦ ਵਿੱਚ ਤਾਂ ਨੋਰਮਲ ਜਿੱਦਾਂ ਕਣਕਾਂ ਬਾਕੀ ਰੈਡੀ ਹੁੰਦੀਆਂ ਉਦੋਂ ਇਹ ਵੀ ਤਿਆਰ ਹੁੰਦੀ ਆ। ਹਾਂਜੀ, ਕਣਕਾਂ ਦੇ ਵਾਂਗ ਇਹ ਪਹਿਲਾਂ ਸ਼ੁਰੂ ਸ਼ੁਰੂ ਦੇ ਵਿੱਚ ਕਿਹੜੀਆਂ ਗੱਲਾਂ ਦਾ ਖਿਆਲ ਰੱਖਣਾ ਪੈਂਦਾ ਆਪਣੇ? ਕਈ ਵਾਰ ਕਿਤੇ ਕਿਤੇ ਮਤਲਬ ਜਿੱਦਾਂ ਹੁਣ ਛਿੱਟਾ ਦਿੰਦੇ ਹਾਂ, ਕਈ ਵਾਰ ਕਿਤੇ ਮਿਸ ਹੋ ਜਾਂਦਾ ਭਾਈਆਂ ਕੋਲੋਂ ਜਾਂ ਕਿਸੇ ਕੋਲ ਵੀ ਨਾ, ਤੇ ਉੱਥੇ ਫਿਰ ਦੇ ਦਈਏ ਦੁਬਾਰਾ, ਫਿਰ ਉਹ ਫਿਰ ਉੱਥੋਂ ਫਿਰ ਉੱਗ ਪੈਂਦੀ ਆ ਇੱਦਾਂ ਹੀ ਬਿਨਾਂ ਹੀ, ਮਤਲਬ ਜਿੱਦਾਂ ਹੁਣ ਪਾਣੀ 'ਚ ਛਿੱਟਾ ਦੇ ਦੀ ਫਿਰ ਉੱਗ ਪੈਂਦੀ ਕਣਕ ਉੱਥੋਂ ਇੱਦਾਂ। ਪਰ ਇਹ ਥੋੜ੍ਹੀ ਥੋੜ੍ਹੀ ਵਿਰਲੀ, ਇਸ ਇਹ ਰੀਜ਼ਨ ਮੰਨਦੇ ਹੋ ਤੁਸੀਂ ਨਾ ਡਿੱਗਣ ਦਾ, ਜਾਂ ਇਹਦਾ ਕੋਈ ਹੋਰ ਤੁਸੀਂ ਵੱਖ ਟੈਕਨੀਕ ਨਾਲ ਬੀਜੀ ਆ, ਕੋਈ ਤਣਾ ਜ਼ਿਆਦਾ ਮਜ਼ਬੂਤ ਹੋ ਜਾਂਦਾ ਇਹਦਾ? ਇਹ ਤਾਂ ਹੁਣ ਭਾਅ ਜੀ ਜਦੋਂ ਆਪਣੇ ਮੈਂ ਬੀਜੀ ਸੀਗੀ ਉਦੋਂ ਦਾਣਾ ਦੇਖਿਆ ਨਾ ਪੱਟ ਕੇ ਥੱਲਿਓ, ਇੱਕ ਤਾਂ ਵੀ ਜੜ ਤਾਹਨੂੰ ਆਉਂਦੀ ਆ, ਇੱਕ ਥੱਲੇ ਨੂੰ ਜਾਂਦੀ ਸੀ ਦਾਣੇ ਤੋਂ। ਤੁਸੀਂ ਹੁਣ ਆਪ ਹਿਸਾਬ ਲਾ ਲਓ ਜੀ ਹੁਣ ਕੀ ਸਿਸਟਮ ਹੋਊਗਾ, ਹੁਣ ਇਹ ਤਾਂ ਕੁਦਰਤ ਨੂੰ ਪਤਾ ਹੈ, ਹੰਸਾਂ ਅਸੀਂ ਤਾਂ ਕੁਛ ਦੱਸ ਨਹੀਂ ਸਕਦੇ ਇਹਦੇ ਬਾਰੇ ਕੀ ਆ। ਪਰ ਬਾਕੀ ਥਾਵਾਂ 'ਤੇ ਕਣਕਾਂ ਵਿਛੀਆਂ, ਇਸ ਬੰਨੇ ਨੁਕਸਾਨ ਵੀ ਘੱਟ ਆ ਕਹਿੰਦੇ? ਹਾਂਜੀ, ਫਿਰ ਹੁਣ ਇੱਧਰ ਕਣਕਾਂ ਖੜੀਆਂ ਕਾਫੀ ਲੋਕਾਂ ਦੀਆਂ। ਠੀਕ ਹੈ, ਔਰ ਕੀ ਕਹੋਗੇ ਬਾਕੀ ਦੇ ਕਿਸਾਨ ਜਿਹੜੇ ਆ ਉਹਨਾਂ ਨੂੰ? ਮੈਂ ਤਾਂ ਪਿਛਲੀ ਵਾਰ ਵੀ ਜਦੋਂ ਆਪਣੇ ਤੁਹਾਡੇ ਡਿਪਾਰਟਮੈਂਟ ਤੋਂ ਆਏ ਸੀ ਇੰਟਰਵਿਊ ਲੈਣ, ਉਦੋਂ ਉਹਨਾਂ ਨੂੰ ਵੀ ਇਹੀ ਕਿਹਾ ਸੀਗਾ ਕਿ ਇੱਦਾਂ ਬੀਜ ਕੇ ਦੇਖ ਲਓ, ਥੋੜ੍ਹੇ ਖੇਤ ਬੀਜ ਕੇ ਦੇਖ ਲਓ, ਜ਼ਿਆਦਾ ਨਾ ਬੀਜੋ, ਫਾਇਦਾ ਆ, ਬੀਜੂਗੇ ਤਾਂ ਫਿਰ ਪਤਾ ਲੱਗੂਗਾ। ਹੁਣ ਇੱਦਾਂ ਤਾਂ ਉਹਨੇ ਕਹਿਣਾ ਖਰੇ ਉਹਦੇ ਝੂਠੀ ਬੋਲੀ ਜਾਂਦੇ। ਤੁਹਾਡਾ ਇਹ ਐਗਜ਼ਾਮਪਲ ਜਿਹੜਾ ਇਹ ਕਾਮਯਾਬ ਆ, ਤੁਸੀਂ ਜਿਹੜਾ ਇਨੋਵੇਸ਼ਨ ਕੀਤਾ, ਕਿ ਬਾਕੀ ਦੇ ਲੋਕ ਤੁਹਾਨੂੰ ਦੇਖ ਕੇ, ਪਿੰਡ ਦੇ ਲੋਕ ਕੋਈ ਸਿੱਖਦੇ ਇਸ ਚੀਜ਼ ਨੂੰ ਲੈ ਕੇ ਕਿ ਭਾਈ ਅਸੀਂ ਵੀ ਇਸ ਤਰੀਕੇ ਦੇ ਨਾਲ ਬੀਜਣੀ ਆ ਕਣਕ, ਸਾਨੂੰ ਵੀ ਤਰੀਕਾ ਦੱਸੋ? ਬੀਜਦੇ ਹੌਲੀ ਹੌਲੀ ਟਰਾਈ ਕਰਦੇ ਸਾਰੇ ਜਣੇ। ਹਾਂਜੀ, ਲੱਗ ਜਾਣਗੇ ਹੌਲੀ ਹੌਲੀ ਸਾਰੇ ਜਣੇ, ਜਦੋਂ ਪਤਾ ਲੱਗ ਗਿਆ ਬੀਜੀ ਜਾਂਦੇ ਹੌਲੀ ਹੌਲੀ ਸਾਰੇ ਜਣੇ। ਇੱਕ ਵਾਰ ਮੈਂ ਚਾਹੁੰਦਾ ਪੂਰੀ ਟੈਕਨੀਕ ਜਿਹੜਾ ਉਹ ਇੱਕ ਵਾਰ ਫਿਰ ਤੁਸੀਂ ਬਰੀਫ ਕਰ ਦਿਓ, ਤਾਂ ਕਿ ਅਸੀਂ ਜਿਹੜਾ ਜ਼ਿਆਦਾ ਤੋਂ ਜ਼ਿਆਦਾ ਲੋਕ ਇਸ ਚੀਜ਼ ਨੂੰ ਦੇਖ ਸਕਣ, ਕਿਸ ਤਰੀਕੇ ਨਾਲ ਬੀਜਣਾ ਉਹਨੂੰ ਇੱਕ ਵਾਰ ਫਿਰ ਤੋਂ ਤੁਸੀਂ ਇੱਕ ਵਾਰ ਬਰੀਫ ਕਰ ਦਿਓ। ਸਟਾਰਟਿੰਗ ਜਦੋਂ ਆਪਣੇ ਝੋਨਾ ਵੱਢ ਲਈਦਾ ਆਪਾਂ SMS ਵਾਲੀ ਨਾਲ ਬਣਾਉਣਾ ਕੰਪੈਨ ਨਾਲ, ਵੀਡੀਓ ਜਿਹੜਾ ਤੁਸੀਂ ਬਣਾਇਆ ਹੋਇਆ ਉਹ ਵੀ ਅਸੀਂ ਨਾਲ ਨਾਲ ਦਿਖਾਉਣ, ਤੁਹਾਨੂੰ ਵੀਡੀਓ ਮੈਂ ਦਿਖਾ ਦੇ ਦੂੰਗਾ ਤੁਹਾਨੂੰ। ਉਸ ਤੋਂ ਬਾਅਦ ਜਦੋਂ ਬੜੇ ਮੁੱਢ ਖੜੇ ਆ ਝੋਨੇ ਦੇ, ਉਹਦੇ ਵਿੱਚ ਛਿੱਟਾ ਦੇ ਦੇਣਾ ਕਣਕ ਦਾ ਡਾਏ ਦਾ ਨਾਲ, ਉਸ ਤੋਂ ਬਾਅਦ ਮਲਚਰ ਫੇਰ ਦੇਣਾ ਉੱਤੇ ਸਾਰੇ ਪਾਸੇ, ਫੇਰ ਕੇ 2 ਦਿਨ ਪਾਣੀ ਦੇ ਦੇਣਾ, ਪਾਣੀ ਦੇਣ ਤੋਂ 10 ਦਿਨਾਂ ਬਾਅਦ ਕਣਕ ਉੱਗ ਜਾਂਦੀ ਆ। ਕੋਈ ਔਖਾ ਕੰਮ ਨਹੀਂ ਹੈਗਾ, ਸੌਖਾ ਹੀ ਹੈ ਕੰਮ। ਔਰ ਇਹਦੇ ਨਾਲ ਨਾਲੇ ਤਾਂ ਝੋਨੇ ਦੀ ਪਰਾਲੀ ਨਹੀਂ ਤੁਹਾਨੂੰ ਸਾੜਨੀ, ਅੱਗ ਨਹੀਂ ਲਾਉਣੀ ਪੈਂਦੀ? ਹਾਂਜੀ, ਨਾ ਅੱਗ ਲਾਉਣ ਦੀ ਲੋੜ ਪੈਂਦੀ, ਕੁਛ ਕਰਨ ਦੀ ਲੋੜ ਨਹੀਂ ਪੈਂਦੀ, ਨਾ ਵਾਹੁਣ ਦੀ ਲੋੜ ਆ, ਬਸ ਆਹ ਸੌਖਾ ਤਰੀਕਾ ਆ। ਕਿੰਨੇ ਦਿਨਾਂ ਤੱਕ ਤਿਆਰ ਹੋ ਜਾਣੀ? ਬਸ ਹੁਣ ਮੇਰੇ ਹਿਸਾਬ 10 ਕੁ ਦਿਨ ਲੱਗਣਗੇ। ਹਾਂਜੀ, ਤੁਹਾਡੇ ਵੀ ਇਸ ਤਰੀਕੇ ਨਾਲ, ਤੁਸੀਂ ਵੀ ਪਰਿਵਾਰ ਹੀ ਹੈ ਤੁਹਾਡਾ ਸਾਰਾ, ਕਿ ਤੁਸੀਂ ਵੀ ਇੱਕ ਦੂਸਰੇ ਦੇ ਨਾਲ ਅੱਗੇ ਇਹ ਇਹਨਾਂ ਦਾ ਐਗਜ਼ਾਮਪਲ ਜਿਹੜਾ ਕਾਮਯਾਬ ਮੰਨਦੇ ਹੋ ਤੁਸੀਂ? ਹਾਂ ਹਾਂ, ਵਧੀਆ ਗਾਂ, ਅਸੀਂ ਵੀ ਦੇਖਾਂਗੇ ਟਰਾਈ ਕਰਕੇ ਵੀ ਇਹਨਾਂ ਦਾ ਰਿਜ਼ਲਟ ਵਧੀਆ ਆਉਂਦਾ, ਵੀ ਸਾਡੇ ਤਾਂ ਡਿੱਗੀ ਆ ਕਣਕ ਜਿਹੜੀ ਉੱਦਾਂ ਬੀਜੀ ਸੀ ਅਸੀਂ, ਅਤੇ ਇਹ ਕਣਕ ਖੜੀ ਆ, ਨਾਲੇ ਫਿਰ ਅੱਗੇ ਤਾਂ ਉਹ ਦੇਖਾਂਗੇ, ਨਾਲੇ ਖਰਚਾ ਘੱਟ ਆ ਅਤੇ ਕੀ ਰਿਜ਼ਲਟ ਇਹਨਾਂ ਦਾ ਇਸ ਵਾਰ ਵੀ ਆਉਂਦਾ। 3 ਸਾਲ ਹੋ ਗਏ ਇਹਨਾਂ ਨੂੰ ਲਾਉਂਦਿਆਂ ਨੂੰ, ਇਹਨਾਂ ਦਾ 3 ਸਾਲ ਹੀ ਸਾਤੋਂ ਹਮੇਸ਼ਾ ਰਿਜ਼ਲਟ ਵਧੀਆ ਰਿਹਾ, ਖਰਚਾ ਘੱਟ ਆਉਂਦਾ ਇਹਨਾਂ ਦਾ, ਸਾਡਾ ਖਰਚਾ ਵੱਧ ਜਾਂਦਾ ਅਤੇ ਇਹਨਾਂ ਦਾ ਖਰਚਾ ਘੱਟ ਆ। ਫਿਰ ਅਗਲੇ ਸਾਲ ਤੋਂ ਅਸੀਂ ਵੀ ਟਰਾਈ ਕਰਕੇ ਦੇਖਾਂਗੇ ਹੌਲੀ ਹੌਲੀ। ਠੀਕ, ਧੰਨਵਾਦ। ਤਾਂ ਇਹ ਕਹਿੰਦੇ ਕਿ ਖਰਚਾ ਵੀ ਘੱਟ ਹੈ ਔਰ ਵੱਖਰੀ ਟੈਕਨੀਕ ਦੇ ਨਾਲ ਇਹ ਬੀਜਣੀ ਪੈਂਦੀ ਹੈ, ਤੁਹਾਨੂੰ ਵਾਹਣ ਵਾਹੁਣਾ ਨਹੀਂ ਪੈਂਦਾ ਉਸ ਤਰੀਕੇ ਦੇ ਨਾਲ, ਔਰ ਉਸ ਤੋਂ ਬਾਅਦ ਫਿਰ ਜਦੋਂ ਝੋਨਾ ਵੱਢ ਲਿਆ, ਝੋਨਾ ਵੱਢਣ ਤੋਂ ਬਾਅਦ ਪਰਾਲੀ 'ਚ ਛੱਟਾ ਮਾਰ ਦੇਣਾ, ਪਰ ਉਸ ਤੋਂ ਬਾਅਦ ਫਿਰ ਮਸ਼ੀਨ ਦੇ ਨਾਲ ਇਹਨਾਂ ਨੇ ਉੱਪਰ ਜਿਹੜਾ ਮਲਚਰ ਕਰ ਦਿੱਤਾ ਜਾਂਦਾ, ਕਹਿੰਦੇ ਮਲਚ ਕਰ ਦਿੱਤਾ ਜਾਂਦਾ ਉਸਨੂੰ, ਔਰ ਉਸ ਤੋਂ ਬਾਅਦ ਫਿਰ ਪਾਣੀ ਲਾ ਦੇਣਾ ਅਤੇ 10 ਦਿਨਾਂ ਬਾਅਦ ਇਹ ਕਣਕ ਉੱਗ ਜਾਂਦੀ। ਬਾਕੀ ਕਣਕਾਂ ਨਾਲੋਂ ਇਹ ਕਣਕ ਕਹਿੰਦੇ ਚੰਗੀ ਹੈ, ਬਾਕੀ ਦੀਆਂ ਕਣਕਾਂ ਬਾਕੀ ਥਾਵਾਂ 'ਤੇ ਡਿੱਗੀਆਂ ਵੀ ਨੇ, ਪਰ ਇਸ ਇਲਾਕੇ ਦੇ ਵਿੱਚ ਵੀ ਘੱਟ ਡਿੱਗੀਆਂ ਨੇ ਕਣਕਾਂ। ਔਰ ਵੈਸੇ ਵੀ ਐਗਰੀਕਲਚਰ ਡਿਪਾਰਟਮੈਂਟ ਵਾਲਿਆਂ ਨਾਲ ਗੱਲ ਹੋਈ, ਉਹ ਕਹਿੰਦੇ ਕਿ ਜਿਨ੍ਹਾਂ ਨੇ ਇਸ ਟੈਕਨੀਕ ਨਾਲ ਕਣਕਾਂ ਬੀਜੀਆਂ ਨੇ ਉਹ ਕਣਕਾਂ ਦਾ ਨੁਕਸਾਨ ਵੀ ਘੱਟ ਹੋਇਆ, ਉਹ ਕਣਕਾਂ ਮੀਂਹ ਅਤੇ ਹਨੇਰੀ ਝੱਖੜ ਦੇ ਨਾਲ ਡਿੱਗੀਆਂ ਵੀ ਨਹੀਂ। ਕਹਿੰਦੇ ਕਿ ਇੱਕ ਵਿਰਲੀ ਹੁੰਦੀ ਹੈ, ਤਣਾ ਮਜ਼ਬੂਤ ਹੋ ਜਾਂਦਾ, ਤਾਂ ਹੋਰ ਕਿਸਾਨਾਂ ਨੂੰ ਵੀ ਸੇਧ ਲੈਣੀ ਚਾਹੀਦੀ ਹੈ। ਜੇ ਕੋਈ ਕਿਸਾਨ ਨਵੇਂ ਤਰੀਕੇ ਦੇ ਨਾਲ ਕੋਈ ਨਵਾਚਾਰ ਕਰਦਾ ਤਾਂ ਜ਼ਰੂਰ ਉਸ ਤੋਂ ਸੇਧ ਲੈਣੀ ਚਾਹੀਦੀ ਹੈ। ਕੈਮਰਾ ਪਰਸਨ ਬਲਜਿੰਦਰ ਦੇ ਨਾਲ ਵਿਕਰਮ ਸਿੰਘ, ਪ੍ਰੋ ਪੰਜਾਬ TV, ਨੁੱਸੀ, ਜਲੰਧਰ।